रोजी रोटी कमाउण गए विदेश दे विच बटाला कादियां दे पिंड दुनिया संधू दे नौजवान की अचानक मौत ते परिवार दा रो रो बुरा हाल है। जानकारी दे मुताबिक मृतक गुरमीत सिंह 9 साल पहला रोजी रोटी कमाउण दे लई लबनान गया सी, पर परिवार नूं नहीं पता सी कि उहनां दे नौजवान पुत्तर दी एक दिन उहनां दे घर लाश ही परतेगी। मृतक नौजवान दे पराने दस्से कि एक महीना पहला 17 नवंबर नूं उसके भरा दे दोस्त ने फोन किया कि तुहाडे भरा दी अचानक दिल दा दौरा पैण दे नाल मौत हो गई है, जिस तों बाद परिवार के उपर दुखां दा पहाड़ ही टुट गया अते परिवार दा रो रो के बुरा हाल हो गया, जिस तों बाद परिवार नूं इह बिल्कुल भी आस नहीं कि उहनां दे बच्चे दी मृतक दे कदे भारत यानी कि उहनां दे वतन पहुंचेगी। पर उत्थे ही हुण इहनां मापिआं दी आसां नूं बूर पिआ ते एक चैरिटेबल ट्रस्ट दी मदद नाल उसकी लाश नूं भारत लिआंदा गया। मेरा ब्रदर 28 अप्रैल 2013 नूं गया सी, तकरीबन 9 साल तों उपर हो रिहा वा ते अज तों 32 दिन हो गया उहदी मृतकड़ी नूं देखदे होए। अज 32वें दिन जो मृतकड़ी अज घर पहुंची कि जो मैसी ही लिवलान दे विच इंडिया मैसी उहदे नाल गल्लबात होई। ਉਹ ਦਿਨ ਬ ਦਿਨ ਆਪਣਾ ਜੋ ਵੀ ਪੈਸਾ ਮੰਗਦੇ ਸੀ ਉਹਦਾ ਬੜਾਓ ਕਰੀ ਜਾ ਰਹੇ ਸੀ ਅਤੇ ਕੋਈ ਪੱਕੀ ਗੱਲ ਨਹੀਂ ਸੀ ਦੱਸਦੇ। ਉਦੋਂ ਬਾਅਦ ਉਹ ਨਾ ਗਰੰਟੀ ਇਸ ਚੀਜ਼ ਦੀ ਲੈਂਦੇ ਸੀ ਅਤੇ ਜੇ ਪੈਸੇ ਦੀ ਗੱਲ ਕਰਦੇ ਹਾਂ ਵੀ ਪੈਸਾ ਦੇਣਾ ਕਿਹਨੂੰ ਆ, ਉਹ ਵੀ ਕਹਿੰਦੇ ਸੀ ਵੀ ਇੱਕ ਲੋਕਲ ਬੰਦਾ ਜਿੱਥੇ ਕੰਮ ਕਰਨ ਗਿਆ ਉਹਦੇ ਖਾਤੇ 'ਚ ਪਾਓ। ਅਤੇ ਅਸੀਂ ਕਿਹਾ ਵੀ ਭਾਅ ਜੀ ਉਹਦੇ ਖਾਤੇ 'ਚ ਅਸੀਂ ਪੈਸਾ ਫੜ ਦੜ ਕੇ ਕਿਤੋਂ ਇਕੱਠਾ ਕਰਕੇ ਪਾਉਂਦੇ ਵੀ ਹਾਂ, ਉਹਦੀ ਜ਼ਿੰਮੇਵਾਰੀ ਕੌਣ ਲਊਗਾ। ਨੌਜਵਾਨ ਜਿਹੜੇ ਬੱਚੇ ਪੜ੍ਹਦੇ ਲਿਖਦੇ ਆ ਉਹ ਜਦੋਂ ਥੋੜ੍ਹਾ ਬਹੁਤਾ ਪੜ੍ਹ ਲੈਣ ਉਹ ਕਹਿੰਦੇ ਅਸੀਂ ਬਾਹਰਲੇ ਮੁਲਕ ਜਾਣਾ। ਕਹਿਣ ਦਾ ਭਾਵ ਰੀਜ਼ਨ ਤਾਂ ਇਹੋ ਹੀ ਹੈ ਕਿਉਂਕਿ ਇੱਥੇ ਸਾਡੀ ਸੈਂਟਰ ਸਰਕਾਰ ਕੰਮ ਨਹੀਂ ਦੇ ਪਾਈ। ਜਦੋਂ ਤੱਕ ਇੱਥੇ ਕੰਮ ਦੇ ਰੁਜ਼ਗਾਰ ਪੈਦਾ ਨਾ ਹੋਣਗੇ, ਹੁਣ ਚੱਪਲਾਂ ਤੱਕ ਤੋਂ ਲੈ ਲਓ ਉਹ ਵੀ ਚਾਈਨਾ ਦੀਆਂ, ਮੋਬਾਈਲ ਤੱਕ ਚਾਈਨਾ ਦੇ, ਹਰ ਚੀਜ਼ ਸਾਨੂੰ ਆਦਤ ਪੈ ਗਈ ਹੈ ਚਾਈਨਾ ਦੇ ਵਰਤਣ ਦੀ ਔਰ ਨੈਚੁਰਲੀ ਪੈਸਾ ਤਾਂ ਸਾਡੀ ਜੇਬ 'ਚੋਂ ਜਾ ਰਿਹਾ। ਸੋ ਸਾਨੂੰ ਇੱਥੇ ਰੁਜ਼ਗਾਰ ਪੈਦਾ ਕਰਨੇ ਪੈਣੇ, ਜਦੋਂ ਤੱਕ ਰੁਜ਼ਗਾਰ ਪੈਦਾ ਨਾ ਹੋਏ ਉਦੋਂ ਤੱਕ ਨੌਜਵਾਨ ਬਾਹਰ ਜਾਣਾ ਰੁੱਕ ਨਹੀਂ ਸਕਦੇ। ਇਹ ਬਟਾਲਾ ਮੈਂ ਤੁਹਾਨੂੰ ਫਿਰ ਦੱਸਣ ਲੱਗਾ ਵਾ, ਮੈਨੂੰ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਮੈਨੂੰ ਇੱਥੋਂ ਤੱਕ ਬਲ ਬਖਸ਼ਿਆ ਵਾ, ਜਿਹੜੀ ਮੈਂ ਇਹਨਾਂ ਦੀ ਆਵਾਜ਼ ਚੁੱਕਦਾ ਹਰ ਜਗ੍ਹਾ। ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ, ਸਾਡੇ ਇੱਥੇ ਆਂਗਨਵਾੜੀ ਦੀਆਂ ਨੌਕਰੀਆਂ, ਹੋਰ ਵੀ ਬੱਚਿਆਂ ਦੀਆਂ ਪੈਨਸ਼ਨਾਂ, ਮਤਲਬ ਉਹਨਾਂ ਦੀ ਵਾਈਫ ਦੀ ਪੈਨਸ਼ਨ, ਇਹ ਆਪਾਂ ਆਲਰੇਡੀ ਮੈਂ ਡਿਊਟੀ ਲਾ ਦਿੱਤੀ ਹੈ। ਔਰ ਮੈਨੂੰ ਲੱਗਦਾ ਵੀ ਉਹ ਥੋੜ੍ਹਾ ਜਿਹਾ ਹਰ ਜਿਵੇਂ 'ਚੋਂ ਜਿਤਨਾ ਥੋੜ੍ਹਾ ਜਿਹਾ ਨਿਕਲਦੇ ਆ ਉਹ ਡਾਟਾ ਇਹਨਾਂ ਦਾ ਡਾਕੂਮੈਂਟ ਕੰਪਲੀਟ ਕਰ। ਦੱਸ ਦੇ ਕਿ ਪਰਿਵਾਰ ਦੇ ਵੱਲੋਂ ਉਹਨਾਂ ਦੇ ਪੁੱਤ ਦੇ ਵਤਨ ਵਾਪਸੀ ਦੀ ਆਸ ਪੂਰੇ ਤਰੀਕੇ ਦੇ ਨਾਲ ਟੁੱਟ ਚੁੱਕੀ ਸੀ। ਉੱਥੇ ਹੀ ਮ੍ਰਿਤਕ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਵਿੱਚ ਮਾਪੇ ਅਤੇ ਪਤਨੀ ਦੇ ਸਣੇ 14 ਸਾਲਾਂ ਬੇਟੀ ਅਤੇ 12 ਸਾਲਾਂ ਪੁੱਤਰ ਨੂੰ ਛੱਡ ਗਏ। ਜਗਬਾਣੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਨੀਰਜ ਸਲਪੁਤਰਾ ਦੀ ਰਿਪੋਰਟ।